ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰੀਏ ਕਿ ਉਹਨਾਂ ਨੇ ਕੁਛ ਸਮਾਂ ਆਪਾਂ ਨੂੰ ਆਪਣੀ ਨਿੱਘੀ ਗੋਦ ਵਿੱਚ ਬੈਠ ਕੇ ਅਤੇ 2017 ਦਾ ਸਾਲ ਜਿਹੜਾ ਹੈ ਉਹਨੂੰ ਯਾਦ ਕਰਨ ਦਾ, 2018 ਸਾਲ ਜਿਹੜਾ ਚੜ੍ਹਿਆ ਹੈ ਉਹਨੂੰ ਯਾਦ ਕਰਨ ਦਾ ਸਮਾਂ ਬਖਸ਼ਿਆ ਹੈ। ਗੁਰੂ ਕੀ ਸੰਗਤ ਜੋ ਪੁਰਾਣੀ ਹੈ, ਜਦੋਂ ਸਾਲ ਚੜ੍ਹਦਾ ਹੈ ਉਹਦੇ ਮਨ ਦੇ ਵਿੱਚ ਇਹ ਵਲਵਲੇ ਹੁੰਦੇ ਹਨ ਕਿ ਅਗਲਾ ਸਾਲ ਮੇਰਾ ਜਿਹੜਾ ਹੈ, ਨਵਾਂ ਸਾਲ ਚੜ੍ਹਨਾ ਹੈ, ਇਹ ਚੰਗਾ ਹੋਵੇ, ਮੇਰੇ ਘਰ ਖੁਸ਼ੀਆਂ ਖੇੜੇ ਹੋਣ, ਦੁੱਖ ਦਰਦ ਤੋਂ ਬਚੇ ਰਹੀਏ। ਇਸ ਤਰ੍ਹਾਂ ਦੀ ਸਾਰਿਆਂ ਦੇ ਮਨਾਂ ਦੇ ਵਿੱਚ ਆਸਾ ਅਰਦਾਸ ਹੁੰਦੀ ਹੈ। ਪਾਤਸ਼ਾਹ ਇਹ ਵਾਰ ਵਾਰ ਆਪਾਂ ਨੂੰ ਦੱਸਦੇ ਹਨ ਕਿ ਸੁੱਖ ਜਿਹੜਾ ਹੈ ਇਹ ਤਾਂ ਮਿਲਦਾ ਹੈ ਜੇ ਅਸੀਂ ਰੱਬ ਨੂੰ ਯਾਦ ਕਰੀਏ। ਰੱਬ ਦੇ ਨਾਲ ਅਸੀਂ ਕਿਸੇ ਤਰੀਕੇ ਨਾਲ ਜੁੜੀਏ। ਉਹ ਗੁਰੂ ਸਾਹਿਬਾਨ ਨੇ ਆਪਾਂ ਨੂੰ ਚੰਗਾ ਤਰੀਕਾ ਦੱਸਿਆ ਹੈ ਅੰਮ੍ਰਿਤ ਛਕਣ ਦਾ। ਨਾਮ ਜਿਹੜਾ ਹੈ, ਰੱਬ ਦਾ ਨਾਮ ਲੈਣਾ ਅਤਿ ਜ਼ਰੂਰੀ ਹੈ ਕਿ ਅਸੀਂ ਆਏ ਹਾਂ, ਇੱਥੇ ਆਏ ਹਾਂ ਕਿ ਸੌਦਾ ਲੈਣਾ ਹੈ। ਪਰਦੇਸ ਝਾਗ ਸੌਦੇ ਕੋ ਆਇਆ। ਸਾਡਾ ਦੇਸ਼ ਮਾਲਕ ਹੈ ਜਿੱਥੋਂ ਆਏ ਹਾਂ, ਅਤੇ ਇੱਥੇ ਪਰਦੇਸ ਹੈ, ਇਹ ਦੇਸ਼ ਨਹੀਂ ਆਪਣਾ। ਇੱਥੇ ਆਪਣਾ ਜਨਮ ਹੁੰਦਾ ਹੈ, ਇੱਕ ਦਿਨ ਮ੍ਰਿਤੂ ਹੋ ਜਾਂਦੀ ਹੈ, ਆਪਾਂ ਵਾਪਸ ਦੇਸ਼ ਜਾਣਾ ਹੈ। ਦੇਸ਼ ਜਾਣ ਵਾਸਤੇ ਨਾਮ ਜਪਣਾ ਬੜਾ ਜ਼ਰੂਰੀ ਹੈ, ਰੱਬ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ। ਨਹੀਂ ਤਾਂ 84 ਲੱਖ ਜੂਨ ਹੈ, ਉਹਦੇ ਵਿੱਚ ਫਿਰ ਅਸੀਂ ਘੁੰਮੀ ਜਾਣਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸਪਸ਼ਟ ਕਰਦੇ ਨੇ, ਸਿੰਪਲੀ ਫਾਈ ਕਰਕੇ ਦੱਸਦੇ ਨੇ ਤੂੰ ਆਇਆ ਕਿਹੜੇ ਕੰਮ, ਕਿਹੜੇ ਕੰਮ ਤੂੰ ਆਇਆ ਹੈ, ਇੱਥੇ ਸੌਦਾ ਲੈਣ ਆਇਆ। ਧੰਨਵੰਤ ਨਾਮ ਕੇ ਵਣਜਾਰੇ, ਵਣਜਾਰੇ ਹਾਂ ਆਪਾਂ, ਸਪਿਰਚੁਅਲ ਟਰੈਵਲਰਸ ਹਾਂ। ਅਤੇ ਸੌਦਾ ਕੀ ਇਕੱਠਾ ਕਰਨਾ ਹੈ, ਨਾਮ ਜਪ ਕੇ। ਇਹ ਪੂੰਜੀ ਹੈ, ਨਾਮ ਜਪਣਾ ਇੱਕ ਪੂੰਜੀ ਹੈ, ਕੈਪੀਟਲ ਹੈ। ਉਸੇ ਤਰ੍ਹਾਂ ਸੇਵਾ ਕਰਨੀ ਇੱਕ ਕੈਪੀਟਲ ਹੈ, ਕੀਰਤਨ ਕਰਨਾ ਵੀ ਇੱਕ ਕੈਪੀਟਲ ਹੈ। ਇਹ ਤਿੰਨ ਚੀਜ਼ਾਂ ਨਾਲ ਜਾਣੀਆਂ ਹਨ। ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਸਾਥ ਤੇ। ਮਹਾਰਾਜ ਕਹਿੰਦੇ ਬਿਨ ਨਾਵੇਂ ਨਾ ਹੀ ਕੋ ਥਾਉ, ਨਾਮ ਤੋਂ ਬਗੈਰ ਸਾਨੂੰ ਟਿਕਾਣਾ ਨਹੀਂ। ਸੋ ਹੋਰ ਵੀ ਸਾਰੀਆਂ ਗੱਲਾਂ ਕਰਨੀਆਂ ਹਨ, ਪਲੈਨ ਬਣਾਉਣੇ ਹਨ। 2018 ਦਾ ਵੀ ਇੱਕ ਇਹ ਪਲੈਨ ਹੋਣਾ ਚਾਹੀਦਾ ਹੈ, ਅਸੀਂ ਰੱਬ ਨੂੰ ਯਾਦ ਕਰਨਾ ਹੈ, ਉਸ ਤੋਂ ਬਗੈਰ ਕੋਈ ਹੈ ਨਹੀਂ। ਜਿਹਨੂੰ ਦੁੱਖ ਤਕਲੀਫ ਆਉਂਦੀ ਹੈ, ਹਰ ਬਿਨ ਕੌਣ ਸਹਾਈ ਮਨ ਕਾ। ਕੋਈ ਧੀ ਪੁੱਤਰ ਸਾਖ ਸੰਬੰਧੀ ਦੋਸਤ ਮਿੱਤਰ, ਬਹੁਤ ਜਿਹਨੂੰ ਮੁਸ਼ਕਲ ਅਤ ਭਾਰੀ ਹੁੰਦੀ ਹੈ, ਉਸ ਵੇਲੇ ਕੋਈ ਕੰਮ ਨਹੀਂ ਆ ਸਕਦਾ ਜਿੰਨਾ ਕਿ ਇਹ ਰੱਬ ਦਾ ਨਾਮ ਕੰਮ ਆਉਂਦਾ ਹੈ। ਸੋ ਸੌਖਾ ਹੈ, ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਿੰਪਲ ਤੋਂ ਸਿੰਪਲ ਕਿਸ ਤਰ੍ਹਾਂ ਗੱਲ ਹੋਵੇ ਜਿਹੜੀ ਭੁੱਲੇ ਨਾ ਆਪਾਂ ਨੂੰ। ਫਿਰ ਇੱਕ ਨਤੀਜੇ 'ਤੇ ਪਹੁੰਚੇ ਹਾਂ, ਪਾਤਸ਼ਾਹ ਜਿਸ ਤਰ੍ਹਾਂ ਸਮਝਾਉਂਦੇ ਹਨ ਕਿ ਪੰਜਾਂ ਦਾ ਪ੍ਰਿੰਸੀਪਲ ਹੈ, ਪੰਜ
ਅਸੀਂ ਪੰਜ ਤੱਤਾਂ ਦੇ ਬਣੇ ਹੋਏ ਹਾਂ, ਪੰਜ ਹੀ ਸਾਡੇ ਵਿੱਚ ਜਿਹੜੇ ਹਨ ਸੈਂਸਿਸ ਨੇ ਪੰਜ, ਪੰਜ ਹੀ ਸਾਡੀਆਂ ਉਂਗਲਾਂ ਹਨ, ਪੰਜ ਹੀ ਬਾਣੀਆਂ ਹਨ ਸਵੇਰ ਦੀਆਂ, ਪੰਜ ਹੀ ਸਾਡੇ ਤਖ਼ਤ ਹਨ, ਪੰਜ ਹੀ ਸਾਡੇ ਪਿਆਰੇ ਹਨ, ਅਤੇ ਪੰਜ ਹੀ ਖਾਸ ਵਿਸ਼ੇਸ਼ ਗੁਣ ਹਨ। ਸੌਖੇ ਤਰੀਕੇ ਨਾਲ ਜੇ ਯਾਦ ਕਰੀਏ, ਸਭ ਤੋਂ ਪਹਿਲਾਂ ਦਇਆ ਪਾਲਣੀ ਬੜੀ ਜ਼ਰੂਰ ਹੈ। ਦਇਆ ਨੂੰ ਕੰਪੈਸ਼ਨ ਕਹਿੰਦੇ ਹਨ, ਮਰਸੀ, ਕੰਪੈਸ਼ਨ। ਇਹਦੇ ਨਾਲ ਹੀ ਫੋਰਗਿਵਨੈਸ ਹੈ, ਖਿਮਾ ਕਰਨੀ, ਕਿਸੇ ਨੂੰ ਮਾਫ਼ ਕਰਨਾ, ਆਪਣੇ ਆਪ ਨੂੰ ਮਾਫ਼ ਕਰਨਾ, ਇਹ ਵੀ ਆਉਣਾ ਚਾਹੀਦਾ ਹੈ। ਕਿਉਂਕਿ ਆਪਾਂ ਗਲਤੀਆਂ ਕਰਦੇ ਹਾਂ, ਕਈਆਂ ਨੂੰ ਦੁੱਖ ਦੇ ਦਿੰਦੇ ਹਾਂ, ਫਿਰ ਅਸੀਂ ਜੇ ਮਾਫ਼ੀ ਆਪਣੇ ਆਪ ਤੋਂ ਨਹੀਂ ਮੰਗਦੇ, ਆਪਣੇ ਆਪ ਨੂੰ ਨਹੀਂ ਕਹਿੰਦੇ ਕਿ ਮੇਰੇ ਤੋਂ ਗਲਤੀ ਹੋ ਗਈ, ਅਸੀਂ ਆਪਣੇ ਆਪ ਦੇ ਪ੍ਰਿਜ਼ਨਰ ਬਣ ਜਾਂਦੇ ਹਾਂ। ਸੋ ਸਭ ਤੋਂ ਪਹਿਲਾ ਗੁਣ ਦਇਆ, ਫਿਰ ਸੱਤ ਸੱਚ ਨੂੰ ਕਹਿੰਦੇ ਨੇ, ਟਰੁੱਥ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਰ। ਸਾਰੀ ਗੱਲ ਜਿਹੜੀ ਹੈ ਕਿ ਅਸੀਂ ਸੱਚੇ ਕਿੱਦਾਂ ਬਣੀਏ। ਪਾਤਸ਼ਾਹ ਕਹਿੰਦੇ ਸੱਚੇ ਬਣਨ ਵਾਸਤੇ ਹਉਮੈ ਨੂੰ ਛੱਡਣਾ ਪੈਣਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸੋ ਦਇਆ, ਫਿਰ ਸੱਤ ਸੱਚ, ਉਸ ਤੋਂ ਬਾਅਦ ਕੰਟੈਂਟਮੈਂਟ, ਜਿਹਦੇ ਵਿੱਚ ਗਰੀਡ ਨਾ ਹੋਵੇ, ਤ੍ਰਿਸ਼ਨਾ ਨਾ ਹੋਵੇ। ਉਸ ਤੋਂ ਬਾਅਦ ਨਿਮਰਤਾ, ਜਿਹਨੂੰ ਹਿਊਮਿਲਿਟੀ ਕਹਿੰਦੇ ਹਾਂ, ਨੀਵੇਂ ਹੋ ਕੇ ਚੱਲਣਾ। ਹਉਮੈ ਦੇ ਓਪੋਜ਼ਿਟ ਹੈ ਕੰਮ, ਨੀਵੇਂ। ਫਿਰ ਪ੍ਰੇਮ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿ ਉਹ ਤਿੰਨ ਹੀ ਪ੍ਰਭ ਪਾਇਓ। ਇਹ ਮਾਲਕ ਨੇ ਆਪਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸਵਈਆਂ ਵਿੱਚ ਆਪਾਂ ਨੂੰ ਦੱਸਿਆ। ਹਰ ਰੋਜ਼ ਆਪਾਂ ਸਵੇਰੇ ਪੜ੍ਹਦੇ ਹਾਂ ਬਾਣੀ ਇਹ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿ ਉਹ ਤਿੰਨ ਹੀ ਪ੍ਰਭ ਪਾਇਓ। ਸੋ ਇਹ ਪੰਜ ਗੁਣ ਸੌਖੇ ਨੇ ਨਾ ਯਾਦ ਕਰਨੇ, ਪੰਜ ਪੰਜ ਪੰਜ, ਅਤੇ ਪੰਜ ਹੀ ਔਗਣ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ। ਜੇ ਅਸੀਂ ਗੁਣ ਲਈਏ, ਗੁਣਾਂ ਦੇ ਉੱਤੇ ਚੱਲੀਏ, ਆਪਾਂ ਚੰਗੇ ਇਨਸਾਨ ਬਣਦੇ ਹਾਂ। ਜੇ ਆਪਾਂ ਔਗਣਾਂ ਦੇ ਉੱਤੇ ਚੱਲੀਏ, ਅੰਗਰੇਜ਼ੀ 'ਚ ਉਹ ਹੈ ਲਸਟ, ਅਨਕੰਟਰੋਲਡ ਸੈਕਸੁਐਲਿਟੀ, ਦੂਜਾ ਹੈ ਰਿਵੈਂਜ, ਗੁੱਸਾ ਨਹੀਂ ਰਿਵੈਂਜ, ਫਿਰ ਗਰੀਡ, ਚੌਥਾ ਹੈ ਅਟੈਚਮੈਂਟ, ਵਰਚੁਅਲ ਅਟੈਚਮੈਂਟ, ਦੁਨੀਆ ਦੀਆਂ ਐਵੇਂ ਚੀਜ਼ਾਂ ਦੇ ਨਾਲ ਅਟੈਚਮੈਂਟ, ਜਾਣੀਆਂ ਤਾਂ ਕੋਈ ਨਾਲ ਨਹੀਂ। ਉਸ ਤੋਂ ਬਾਅਦ ਐਰੋਗੈਂਸ, ਈਗੋ ਵੀ ਕਹਿੰਦੇ ਨੇ, ਐਜਿੰਗ ਗੋਡ ਆਊਟ। ਸੋ ਇਹ ਸੌਖਾ ਜਿਹਾ ਇੱਕ ਤਰੀਕਾ ਹੈ, ਸੇਵਾ ਕਰਦੇ ਹਾਂ। ਇਹ ਇੱਕ ਟਿਕ ਬਾਕਸ ਵੀ ਹੋ ਸਕਦਾ ਹੈ ਕਿ ਅਸੀਂ ਲਾਈਫ 'ਚ ਦੇਖਣਾ ਹੈ, ਮੈਂ ਦਇਆ ਰੱਖਦਾ ਹਾਂ, ਮੇਰੇ ਮਨ ਵਿੱਚ ਦਇਆ ਹੈ, ਮੈਂ ਕੰਮ ਕਰਨ ਲੱਗਾ ਹੈ, ਇਹਦੇ ਵਿੱਚ ਦਇਆ ਵਾਲੀ ਗੱਲ ਹੈ, ਇਹ 'ਚ ਮੈਂ ਕਿਸੇ ਨੂੰ ਮਾਫ਼ ਵੀ ਕਰਦਾ ਹਾਂ, ਆਪਣੇ ਆਪ ਨੂੰ ਮਾਫ਼ ਕਰਦਾ ਹਾਂ, ਮੈਂ ਸੱਚ ਗੱਲ ਕਰ ਰਿਹਾ ਹਾਂ, ਸੱਚਾਈ 'ਤੇ ਚੱਲ ਰਿਹਾ ਹਾਂ, ਫਿਰ ਮੈਂ ਸੰਤੋਖ ਵਿੱਚ ਹਾਂ, ਕੰਟੈਂਟਮੈਂਟ ਹੈ, ਹੁਕਮ ਰਜਾਈ ਚੱਲਣਾ, ਜਿੱਥੇ ਮਾਲਕ ਰੱਖਦਾ ਮੈਂ ਉੱਥੇ ਠੀਕ ਹਾਂ ਕਿ ਨਹੀਂ, ਐਵੇਂ ਇਤਰਾਜ਼ ਕਰੀ ਜਾਂਦਾ, ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ, ਤੁਦ ਪਾਵੇ ਤਾਂ ਨਾਮ ਜਪਾਵੇ, ਸੁੱਖ ਤੇਰਾ ਦਿੱਤਾ ਲਈਏ। ਜਿਸ ਤਰ੍ਹਾਂ ਦੇ ਵੀ ਹੋਈਏ, ਦੁੱਖ ਸੁੱਖ ਜੋ ਵੀ ਹੈ, ਇਹ ਮਨ ਦੀ ਬਿਰਥਾ ਹੈ, ਇਹਦੇ ਵਿੱਚ ਸੰਤੋਖ 'ਚ ਰਹਿਣਾ। ਫਿਰ ਅਸੀਂ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਨੀਵੇਂ ਹੋ ਕੇ ਤੁਰਨਾ। ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰੇਮ ਕਰਨਾ, ਕਿਉਂਕਿ ਇਹ ਕਹੀ ਜਾਂਦੇ ਹਾਂ ਵਾਰ ਵਾਰ, ਸਭ ਮੇਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇਂ ਚਾਨਣ ਹੋਏ।
ਇਹ ਕੀਰਤਨ ਸੋਹਲੇ ਦਾ ਪਾਠ ਕਰਦੇ ਤਾਂ ਜ਼ਰੂਰ ਇਹ ਪੜ੍ਹਦੇ ਹਾਂ, ਫਿਰ ਕਦੇ ਕਦੇ ਭੁੱਲ ਜਾਂਦੇ ਹਾਂ ਕਿ ਕੋਈ ਦੁਸ਼ਮਣ ਨਹੀਂ ਹੈ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਭਨਾ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸੰਭਾਲੇ, ਹਉ ਮੂਰਖ ਗੁਣ ਨਹੀਂ ਜਾਤਾ ਰੇ। ਪਾਤਸ਼ਾਹ ਜਪਜੀ ਸਾਹਿਬ ਵੀ ਆਪਾਂ ਨੂੰ ਹੁਕਮ ਕਰਦੇ ਹਨ, ਅਰਦਾਸ ਕਰਦੇ ਹਨ, ਸਭਨਾ ਜੀਆਂ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਕਿਰੇ ਮੈਂ ਭੁੱਲ ਕੇ ਵੀ ਵਿਸਰ ਨਾ ਜਾਵਾਂ ਕਿ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਵੀ ਮਾਲਕ ਵਸਦਾ ਹੈ। ਸੋ ਜੇ ਅਸੀਂ ਇਹ ਕੰਮ ਕਰੀਏ, ਰੱਬ ਦਾ ਨਾਮ ਲਈਏ, ਸੇਵਾ ਕਰੀਏ, ਕੀਰਤਨ ਕਰੀਏ, ਸੁਣੀਏ, ਇਹ ਵੀ ਆਪਾਂ ਸੁਣਦੇ ਹਾਂ, ਨਾਮ ਜਪੀਏ, ਫਿਰ ਕਿਰਤ ਕਰੀਏ, ਵੰਡ ਛਕੀਏ, ਇਹ ਵੀ ਠੀਕ ਹੈ, ਇਹ ਵੀ ਕਰਨਾ ਹੈ। ਸੋ ਇਹ ਉਪਦੇਸ਼ ਮਹਾਰਾਜ ਦੱਸਦੇ ਹਨ ਬੜੇ ਸੌਖੇ। ਕਿਰਤ ਕਰਨੀ ਬੜੀ ਜ਼ਰੂਰੀ ਹੈ ਔਰ ਨਿਸ਼ਕਾਮ ਰਹਿਣਾ ਬੜਾ ਜ਼ਰੂਰੀ ਹੈ। ਧਰਮੀ ਧਰਮ ਕਰੇ, ਧਰਮ ਉੱਤੇ ਚੱਲਦੇ ਚੱਲਦੇ ਵੀ ਆਦਮੀ ਗਲਤੀ ਕਰ ਸਕਦਾ ਹੈ। ਧਰਮੀ ਧਰਮ ਕਰੇ ਗਵਾਵੇ, ਗਵਾ ਲੈਂਦਾ ਕਿੱਦਾਂ, ਮੰਗੇ ਮੋਖ ਦੁਆਰ, ਮੁਕਤੀ ਲੱਭਦਾ। ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦੁਆਰ। ਸੋ ਮਹਾਂਪੁਰਖਾਂ ਨੇ ਆਪਾਂ ਨੂੰ ਬੜੀ ਕਿਰਪਾ ਕਰਕੇ ਇੱਕ ਗੱਲ ਦੱਸੀ, ਜੋ ਕਰਨਾ ਹੈ ਨਿਸ਼ਕਾਮ ਕਰੋ, ਨਿਰਇੱਛਤ ਹੋ ਕੇ ਕਰੋ, ਕੁਛ ਮੰਗ ਨਾ ਰੱਖੋ। ਮੁਕਤ ਨਾ ਚਾਹੂੰ, ਮੁਕਤੀ ਦੀ ਵੀ ਗੱਲ ਨਹੀਂ ਕਰਨੀ। ਪਾਤਸ਼ਾਹ ਨੇ ਇਹ ਵੀ ਦੱਸਿਆ ਹੈ ਕਿ ਜੇ ਅਸੀਂ ਜਿਉਂਦੇ ਜੀ ਆਪਣੀ ਹੋਮੇ ਮਾਰ ਲਈਏ ਤਾਂ ਮੁਕਤੀ ਵਾਲੀ ਗੱਲ ਬਣ ਜਾਂਦੀ ਹੈ। ਜੀਵਤ ਮਰੇ ਮਰਗੈ ਦਰਗੈ ਪਰਵਾਨ, ਜੀਵਤ ਮਰੇ, ਜਿਉਂਦਿਆਂ ਜਿਉਂਦਿਆਂ ਕਿੱਦਾਂ ਮਰ ਸਕਦਾ, ਜੇ ਆਪਣੀ ਹੋਮੇ ਖਤਮ ਕਰੇ ਫਿਰ ਦਰਗਾਹ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੈ ਬੈਸਣ ਪਾਈਏ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਗੁਰੂ ਕੀ ਸੰਗਤ, ਇਸ ਸਾਲ 2018 'ਚ 40 ਵਰੇ ਹੋ ਜਾਣੇ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥੇ ਨੂੰ ਰਜਿਸਟਰ ਹੋਏ ਇੱਥੇ। ਆਪਾਂ ਇਹ ਪੁਰਬ ਮਨਾਵਾਂਗੇ, ਝਾਤੀ ਮਾਰ ਕੇ ਦੇਖੀਏ ਕਿੰਨੇ ਸਾਡੇ ਪਿਆਰ ਵਾਲੇ ਚਲੇ ਗਏ, ਇਸ ਸਾਲ ਕਿੰਨੇ ਚਲੇ ਗਏ। ਖਿਨ ਖਿਨ ਛਿਨ ਛਿਨ ਆਦਿ ਬਿਹਾਤ ਹੈ, ਫੂਟੇ ਕੱਟ ਜਿਉਂ ਪਾਣੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਚੇਤਨਾ ਦਾ ਮਤਲਬ ਰੱਬ ਨੂੰ ਚੇਤੇ ਕਰ ਲੈ, ਦੇਖ ਪ੍ਰਾਣੀ ਤੇਰੀ ਵੀ ਵਾਰੀ ਆ ਜਾਣੀ ਆ। ਸੋ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਖੁਸ਼ੀਆਂ ਖੇੜੇ 2008 ਵਿੱਚ 18 ਦੇ ਵਿੱਚ ਪਾਤਸ਼ਾਹ ਸਭ ਨੂੰ ਬਖਸ਼ੇ। ਲੇਕਿਨ ਇਹ ਵੀ ਪੱਲੇ ਬਣੀਏ, ਅਸੀਂ ਗੁਰੂ ਵਾਲੇ ਬਣੀਏ। ਤੁਸੀਂ ਬਚਨ ਸੁਣੇ ਹਨ, ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਹੋਰ ਕਿੰਨੇ ਸਿੰਘ ਸ਼ਹੀਦ ਹੋ ਗਏ, ਪੰਜ ਪਿਆਰੇ ਕਿੰਨੇ ਸਿੰਘ ਸ਼ਹੀਦ ਹੋਏ ਨੇ, ਇਸ ਕਰਕੇ ਕਿ ਸਾਨੂੰ ਸਰਦਾਰੀਆਂ ਬਖਸ਼ੀਆਂ ਜਾਣ ਕਿਸੇ ਤਰੀਕੇ ਨਾਲ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਫਰਮਾਨ ਕੀਤਾ ਸੀ ਅਨੰਦਪੁਰ ਸਾਹਿਬ, ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਕਿੰਨਾ ਪੋਟੈਂਸ਼ੀਅਲ ਸਾਨੂੰ ਦਿੱਤਾ, 125,000 ਸੇ ਏਕ ਲੜਾਓਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ, ਚਿੜੀਓਂ ਸੇ ਮੈਂ ਬਾਜ ਤੁੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਕਿੱਡਾ ਪੋਟੈਂਸ਼ੀਅਲ, ਕਿੰਨੀ ਤਾਕਤ ਦਿੱਤੀ ਹੈ। ਫਿਰ ਦੱਸਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਸਿਰਫ ਸਿੱਖਾਂ ਦੀ ਫੌਜ ਨਹੀਂ, ਅਕਾਲ ਪੁਰਖ ਦੀ ਫੌਜ, ਰੱਬ ਦੀ ਫੌਜ। ਰੱਬ ਤਾਂ ਸਾਰਿਆਂ ਦੇ ਉੱਤੇ ਇੱਕੋ ਨਜ਼ਰ ਨਾਲ ਦੇਖਦਾ ਹੈ, ਸਭ ਨੂੰ ਪਿਆਰ ਕਰਦਾ ਹੈ।
ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਸਾਨੂੰ ਡਿਸਟਿੰਕਟ ਇੱਕ ਆਈਡੈਂਟੀ ਦਿੱਤੀ ਹੈ ਮਾਲਕ ਨੇ ਸਿੱਖਾਂ ਨੂੰ, ਇਸ ਕਰਕੇ ਦਿੱਤੀ ਹੈ ਕਿ ਅਸੀਂ ਸੁਖੀ ਹੋ ਜਾਈਏ, ਦੁਨੀਆ 'ਚ ਜੋ ਇੱਥੇ ਸੌਦਾ ਲੈਣ ਆਏ ਹਾਂ ਉਹ ਲੈ ਕੇ ਜਾ ਸਕੀਏ। ਸੋ ਹਿੰਮਤ ਕਰਨੀ ਚਾਹੀਦੀ ਹੈ, ਸਿੱਖੀ ਵੱਲ ਤੁਰਨਾ ਚਾਹੀਦਾ ਹੈ। ਤੁਰਾਂਗੇ ਨਾ ਪਾਤਸ਼ਾਹ ਮਿਹਰ ਕਰਦੇ ਨੇ, ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਥ। ਪ੍ਰੇਮ ਬਣਨਾ ਚਾਹੀਦਾ ਹੈ, ਸਾਨੂੰ ਯਕੀਨ ਹੋਣਾ ਚਾਹੀਦਾ ਹੈ, ਨਿਸ਼ਚਾ ਹੋਣਾ ਚਾਹੀਦਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਨਿਸ਼ਚਾ ਤਾਂ ਹੋਵੇ, ਜੇ ਨਿਸ਼ਚਾ ਨਹੀਂ ਹੈ ਫਿਰ ਗੱਲ ਬਣਦੀ ਨਹੀਂ। ਅੰਗਰੇਜ਼ੀ 'ਚ ਕਹਿੰਦੇ ਨੇ ਸੀਇੰਗ ਇਜ਼ ਬਿਲੀਵਿੰਗ, ਕਿ ਜੇ ਦੇਖੀਏ ਫਿਰ ਬਿਲੀਵ ਹੁੰਦਾ ਹੈ। ਧਰਮ ਦੇ ਵਿੱਚ ਇਹ ਵੀ ਹੈ ਕਿ ਜੇ ਬਿਲੀਵ ਕਰੀਏ ਤਾਂ ਫਿਰ ਕੁਛ ਦੇਖਾਂਗੇ। ਜੇ ਅਸੀਂ ਕਸ਼ਮੀਰ ਦੀ ਕਦੇ ਸਿਫਤ ਨਹੀਂ ਸੁਣੀ, ਸਾਡਾ ਦਿਲ ਨਹੀਂ ਕਰੇਗਾ ਕਸ਼ਮੀਰ ਜਾਣ 'ਤੇ, ਉੱਥੇ ਨਹੀਂ ਪਹੁੰਚਾਂਗੇ। ਜੇ ਰੱਬ ਦੀਆਂ ਸਿਫਤਾਂ, ਚੰਗੇ ਇਨਸਾਨਾਂ ਦੀਆਂ ਸਿਫਤਾਂ ਅਸੀਂ ਸੁਣੀਆਂ ਨਹੀਂ, ਉਹਨਾਂ ਦੀ ਸੰਗਤ ਕਰਨ ਵਾਲਾ ਵਾਸਤੇ ਸਾਡਾ ਮਨ ਨਹੀਂ ਫਿਰ ਤੁਰਦਾ। ਸੋ ਆਪ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਨਵੇਂ ਸਾਲ ਦੀਆਂ। ਔਰ ਇਹ ਵੀ ਅਰਦਾਸ ਪਾਤਸ਼ਾਹ, ਅਸੀਂ ਖਿਣ ਖਿਣ ਭੁੱਲਣ ਹਾਰ ਹਾਂ, ਸਾਡੀਆਂ ਭੁੱਲਾਂ ਬਖਸ਼ ਦੇਣੀਆਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਜਗਤ ਕਿਉਂ ਜਲਦਾ ਹੈ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਅੱਗ ਹੈ ਨਾ, ਉਹਦੇ ਕਰਕੇ ਪ੍ਰੋਬਲਮ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਪਾਤਸ਼ਾਹ ਤੁਸੀਂ ਆਪ ਬਖਸ਼ਿਸ਼ ਕਰੋ, ਇਹਨੂੰ ਸੰਭਾਲੋ। ਤੁਸੀਂ ਜਿੱਥੇ ਦੇਖਦੇ ਹੋ ਲੜਾਈਆਂ ਹੋ ਰਹੀਆਂ, ਇੱਕ ਦੂਜੇ ਨੂੰ ਮਾਰਿਆ ਜਾ ਰਿਹਾ ਹੈ। ਸਤਿਗੁਰ ਸੁੱਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁੱਜੀ ਹਰ ਬਿਨ ਬਖਸ਼ਣਹਾਰ। ਅੱਜ ਕੱਲ੍ਹ ਡਿਜੀਟਲ ਜਿਹੜੀ ਹੈ ਟੈਕਨੋਲੋਜੀ, ਉਹਦੇ ਨਾਲ ਬੜੀ ਆਊਟਰੀਚ ਹੈ, ਦੂਰ ਤੱਕ ਸੁਣਿਆ ਜਾਂਦਾ ਹੈ। ਲੇਕਿਨ ਮਾਲਕ ਉਹਦੀ ਜੋਤ ਸਾਰਿਆਂ ਦੇ ਵਿੱਚ ਹੈ। ਜਿਹਨੂੰ ਅਰਦਾਸ ਕਰੀਏ ਉਹਦੇ ਕੋਲ ਪਹੁੰਚ ਜਾਵੇ ਤਾਂ ਸਾਰਿਆਂ ਨੂੰ ਉਹ ਪਹੁੰਚਾ ਦਿੰਦਾ ਇੱਕ ਮਿੰਟ 'ਚ। ਉਹਦੇ ਵਰਗੀ ਆਊਟਰੀਚ ਕਿਸੇ ਦੀ ਹੋ ਨਹੀਂ ਸਕਦੀ। ਮਹਾਰਾਜ ਕਿਰਪਾ ਕਰਨ, ਆਪਾਂ ਨੂੰ ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਬਖਸ਼ਣ, ਹਾਂਜੀ ਫੋਰਗਿਵ ਕਰਨ, ਬਖਸ਼ਣ ਹਾਰਨੇ ਹੋ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦਇਆਦਾਰੀ। ਉਹ ਸਦਾ ਬਖਸ਼ਦਾ, ਸਦਾ ਬਖਸ਼ਦਾ। ਸੋ ਸਾਡੀਆਂ ਗਲਤੀਆਂ ਮਾਫ਼ ਹੋਣ ਅਤੇ ਨਵੇਂ ਸਾਲ 'ਚ ਅਸੀਂ ਨਿਸ਼ਚਾ ਕਰਕੇ ਗੁਰੂ ਦੇ ਲੜ ਲੱਗੀਏ, ਭਲੇ ਪੁਰਸ਼ਾਂ ਦੀ ਸੰਗਤ ਕਰੀਏ ਅਤੇ ਆਪਣਾ ਸਾਲ ਜ਼ਰੂਰ ਸਫਲਾ ਹੋਏਗਾ, ਪਾਤਸ਼ਾਹ ਮਿਹਰ ਕਰਨ। ਬਹੁਤ ਬਹੁਤ ਧੰਨਵਾਦ ਹੈ, ਦੂਰੋਂ ਨੇੜਿਓਂ ਸੰਗਤਾਂ ਆਈਆਂ ਹਨ, ਇੱਕੋ ਇੱਕ ਇੱਛਾ ਲੈ ਕੇ ਪਾਤਸ਼ਾਹ ਸਾਡਾ ਨਵਾਂ ਸਾਲ ਮੁਬਾਰਕ ਹੋਵੇ। ਪਾਤਸ਼ਾਹ ਸਾਰਿਆਂ ਦੀਆਂ ਦਿਲ ਦੀਆਂ ਜਾਣਦਾ ਹੈ, ਮਿਹਰ ਕਰੇਗਾ। ਸੋ ਆਪ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅਤੇ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।